ਮੇਰੇ ਮੁੰਡੇ ਦੇ ਮਗਰ ਆ 15-20 ਜਣੇ ਇੱਕ ਸਾਲ ਤੋਂ ਮਗਰ ਲੱਗੇ ਹੋਏ ਮਾਰਨ। ਦੋ ਧਿਰਾਂ ਦੇ ਵਿਚਕਾਰ ਜੰਮ ਕੇ ਫਾਇਰਿੰਗ ਹੋਈ ਹੈ। ਕਿਹਾ ਜਾ ਰਿਹਾ ਕਿ ਕਈ ਰਾਊਂਡ ਫਾਇਰਿੰਗ ਜੋ ਹੈ ਇੱਕ ਦੂਜੇ ਦੇ ਉੱਤੇ ਕੀਤੀ ਗਈ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਫਾਇਰਿੰਗ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਇੱਕ ਕਾਰ ਜੋ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਤਾਂ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਮੁਕੁਲ ਨਾਮਕ ਸ਼ਖਸ ਦੀ ਇਹ ਕਾਰ ਸੀ। ਹਾਲਾਂਕਿ ਉਸਦਾ ਦੋਸਤ ਇਹ ਕਾਰ ਨੂੰ ਲੈ ਕੇ ਗਿਆ ਹੋਇਆ ਸੀ ਅਤੇ ਜਦੋਂ ਇਹ ਘਰ ਵਾਪਸੀ ਅਤੇ ਕਾਰ ਨੂੰ ਖੜਾਉਣ ਦੇ ਲਈ ਆਇਆ ਤਾਂ ਕਿਹਾ ਜਾ ਰਿਹਾ ਕਿ ਇਸ ਦੇ ਉੱਤੇ ਕੁਝ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਹਾਲਾਂਕਿ ਜੋ ਮੁਕਲ ਹੈ ਉਸਦੀ ਮਾਤਾ ਦਾ ਕਹਿਣਾ ਹੈ ਕਿ ਸ਼ਾਇਦ ਹਮਲਾਵਰਾਂ ਨੂੰ ਲੱਗਿਆ ਕਿ ਇਸ ਕਾਰ ਦੇ ਵਿੱਚ ਮੁਕੁਲ ਬੈਠਾ, ਕਿਉਂਕਿ ਉਸਦੀ ਜਾਨ ਦੇ ਕਈ ਦੁਸ਼ਮਣ ਬਣੇ ਹੋਏ ਨੇ। ਤਾਂ ਅਜਿਹੇ ਇਲਜ਼ਾਮ ਜੋ ਨੇ ਉਸਦੀ ਮਾਤਾ ਦੇ ਵੱਲੋਂ ਲਗਾਏ ਗਏ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਰੀਬ ਬਾਈਕ ਦੇ ਉੱਤੇ ਸਵਾਰ ਹੋ ਕੇ 12-13 ਬਦਮਾਸ਼ ਪਹੁੰਚਦੇ ਨੇ ਅਤੇ ਆਉਂਦੇ ਸਾਰ ਹੀ ਗੱਡੀ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਇਲਾਕੇ ਦੇ ਵਿੱਚ ਇਸ ਦੇ ਨਾਲ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਮੇਰਾ ਨਾਮ ਆ ਅੰਜਨਾ, ਮੈਂ ਮੁਕਲ ਦੀ ਮੰਮੀ ਆ। ਮੇਰੇ ਮੁੰਡੇ ਦੇ ਮਗਰ ਆ 15-20 ਜਣੇ ਇੱਕ ਸਾਲ ਤੋਂ ਮਗਰ ਲੱਗੇ ਹੋਏ ਮਾਰਨ ਨੂੰ। ਹੈਂ ਉਹਨੂੰ ਮਤਲਬ ਕਿੱਦਾਂ ਨਾ ਕਿੱਦਾਂ ਨੂੰ ਮਾਰ ਦਈਏ, ਅੱਜ ਉਹਨਾਂ ਦੇ ਡਿੱਕੇ ਚੜਿਆ। ਪਰ ਇਹ ਵੀ ਮਾਲਕ ਦਾ ਸ਼ੁਕਰ ਹੈ ਵੀ ਮੇਰਾ ਮੁੰਡਾ ਬਚ ਗਿਆ। ਦੁਸ਼ਮਣੀ ਮੁੰਡਿਆਂ ਦੀ, ਇੱਕ ਵਾਰੀ ਅੱਜ ਤੋਂ 2 ਸਾਲ ਪਹਿਲੇ ਲੜਾਈ ਹੋਈ ਸੀਗੀ ਮੋਹਣੀ ਗਾਗੜ ਨਾਲ। ਉਹ ਮੋਹਣੀ ਗਾਗੜ ਉਹਦੇ ਨਾਲ ਲੜਾਈ ਹੋਣ, ਉਹਨੇ ਉਹਨੂੰ ਕੁੱਟਿਆ ਸੀਗਾ ਜੂਏ ਤੋਂ। ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਦੀ ਵੱਧਦੀ, ਉੱਧਰੋਂ ਮੁੰਡੇ ਉੱਧਰੋਂ ਮੁੰਡੇ ਇੱਕ ਦੂਜੇ ਨੂੰ ਘੂਰਨਾ, ਇੱਦਾਂ ਕਰਨਾ। ਬਸ ਅਸੀਂ ਇਹੀ ਕਹਿੰਦੇ ਸੀ ਵੀ ਨਾ ਲੜੋ, ਜਿਹੜਾ ਹੋਣਾ ਸੀ ਹੋ ਗਿਆ, ਜਿਹੜਾ ਹੋਣਾ ਸੀ। ਅੱਜ ਕੱਲ੍ਹ ਸਾਨੂੰ ਪਤਾ ਹੀ ਕੁਛ ਨਹੀਂ, ਸਾਨੂੰ ਕੁਛ ਪਤਾ ਨਹੀਂ, ਤਾਂ ਘਰ ਬੈਠੇ ਪੁੱਤ ਰੋਟੀ ਖਾਂਦੇ ਪਏ। ਗੱਡੀ ਮੇਰੇ ਨਾਮ ਤੇ ਹੈ, ਮੇਰੀ ਮੇਰੀ ਗੱਡੀ। ਸਾਨੂੰ ਫੋਨ ਕੋਈ ਨਹੀਂ ਆਇਆ, ਮੁੰਡਾ ਇੱਥੋਂ ਭੱਜਿਆ ਗਿਆ ਵੀ ਮੁਕਲ ਦੀ ਗੱਡੀ ਦੇ ਗੋਲੀਆਂ ਚੱਲੀਆਂ। ਹਾਂਜੀ, ਆਹ ਸਾਡਾ ਘਰ ਵਾ, ਆਹ ਸ਼ਿਵਜੀ ਦੇ ਮੰਦਿਰ ਕੋਲ ਨੇੜੇ ਹੀ ਘਰ, ਤਾਂ ਹੀ ਮੁੰਡੇ ਵਾਕਫ ਸੀ, ਉਹ ਭੱਜ ਕੇ ਸਾਨੂੰ ਕਾ ਬੁਲਾਉਣ ਚਲੇ ਗਏ। ਰੇੜੀ ਦੇ ਅੱਗੇ ਸੀਗੇ, ਖੜੇ ਸੀਗੇ ਮੁੰਡੇ, ਘੱਟੋ ਘੱਟ ਮੇਰੇ ਹਿਸਾਬ ਨਾਲ 15 ਕੁ ਜਣੇ, ਅਤੇ ਇੱਕ ਗੱਡੀ ਵੀ ਹੈਗੀ ਆ ਵਰਨਾ। ਉਹਦੇ ਵਿੱਚ ਉਹਨਾਂ ਨਕਾਬ ਪਾਏ ਹੋਏ ਸੀਗੇ ਮੂੰਹ 'ਤੇ, ਉੱਤੇ ਸਾਰੇ ਜਣੇ ਖੜ ਕੇ ਪਤਾ ਨਹੀਂ ਕੀ ਗੱਲਬਾਤ ਕੀਤੀ ਇਹਨਾਂ ਨੇ, ਤਾਂ ਮੇਰੀ ਰੇੜੀ ਦੇ ਕੋਲ ਘੁੰਮ ਕੇ ਨਾਲ ਹੀ ਇੱਧਰ ਨੂੰ ਆ ਗਏ ਬਾਬਾ ਘੋੜੀ ਵੱਲ ਨੂੰ। ਉੱਤੋਂ ਦੀ ਕੋਈ ਮੁੰਡਾ ਬਾਅਦ 'ਚੋਂ 10 ਮਿੰਟ ਬਾਅਦ ਹੀ ਦੱਸਣ ਆ ਗਿਆ ਵੀ ਆਹ ਇੱਦਾਂ ਇੱਦਾਂ ਗੱਡੀ ਤੋੜ ਗਏ ਆ, ਗੋਲੀਆਂ ਮਾਰ ਗਏ। ਮੈਨੂੰ ਤਾਂ ਇਹ ਨਹੀਂ ਪਤਾ, ਫਿਰ ਮੈਂ ਆ ਗਿਆ ਇੱਥੇ ਫਟਾਫਟ। ਮੈਂ ਆਪਣੀ ਹਾਂਜੀ ਵੱਡਾ ਭਰਾ ਮੁਕਲ, 22 ਸਾਲ ਦਾ। ਇਨਫੋਰਮੇਸ਼ਨ ਆਈ ਸੀਗੀ ਕਿਸੇ ਗੱਡੀ ਦੇ ਉੱਤੇ ਅਟੈਕ ਹੋਇਆ, ਸੋ ਮੌਕੇ 'ਤੇ ਆਏ ਹਾਂ। ਉੱਥੇ ਜਿਹੜੀ ਗੱਡੀ ਹੈ ਉਹਦੇ ਸ਼ੀਸ਼ੇ ਵਗੈਰਾ ਭੰਨੇ ਹੋਏ ਨੇ, ਸੋ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ। ਕੋਈ ਉਹਦੇ ਵਿੱਚ ਹਜੇ ਤੱਕ ਸਾਨੂੰ ਕੋਈ ਕੰਪਲੇਨਟ ਜਾਂ ਕੋਈ ਬੰਦਾ ਜਿਹੜਾ ਉਹਦੇ ਵਿੱਚ ਮੌਜੂਦ ਸੀਗਾ ਮੌਕੇ 'ਤੇ, ਉਹਦੀ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਸੋ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ, ਜੋ ਬਣਦਾ ਹੈਗਾ ਅਸੀਂ ਦੇਖ ਕੇ ਤੁਹਾਨੂੰ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹੋ, ਉਹਦੇ ਵਿੱਚ ਕੀ ਨਿਕਲ ਕੇ ਆ ਰਿਹਾ, ਕਿਉਂਕਿ ਇਲਾਕਾ ਨੂੰ ਅਸੀਂ ਕਹਿ ਰਹੇ ਨੇ ਗੋਲੀਆਂ ਚੱਲੀਆਂ ਬ੍ਰਦਰ। ਉਹ ਜਦੋਂ ਜਿੰਨੀ ਦੇਰ ਤੱਕ ਬ੍ਰਦਰ ਮੈਂ ਆਪ ਵੈਰੀਫਾਈ ਨਹੀਂ ਕਰਦਾ, ਮੈਂ ਆਪ ਦੇਖ ਲਈ ਲੈਂਦਾ, ਮੌਕੇ ਦਾ ਵਿਜ਼ਿਟ ਨਹੀਂ ਕਰ ਲੈਂਦਾ, ਜਦ ਮੌਕਾ ਪ੍ਰੋਪਰ ਸਕਰੀਨਿੰਗ ਨਹੀਂ ਹੁੰਦੀ ਫਾਈਨਲ ਉਹਦੀ। ਹਾਂਜੀ ਬ੍ਰਦਰ, ਉਹੀ ਚੈੱਕ ਕਰਾਂਗੇ ਅਸੀਂ ਬ੍ਰਦਰ, ਜਿਹੜੇ
ਨਿਸ਼ਾਨ ਜਿਹੜੇ ਹੈਗੇ ਨੇ ਉਹ ਆਈ ਡੋਂਟ ਥਿੰਕ ਉਹ ਬੁਲਟ ਦੇ ਆ ਐਟ ਦਾ ਮੂਮੈਂਟ, ਬਟ ਰੈਸਟ ਇਜ ਅਪ ਟੂ ਦੈਟ ਕਿ ਅਸੀਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਆਉਂਦਾ ਹੈਗਾ ਸੋ ਜਸਟ ਥੋੜ੍ਹਾ ਟਾਈਮ ਦਿਓ, ਵਿਲ ਇਨਫੋਰਮ ਯੂ ਰਿਗਾਰਡਿੰਗ ਦੈਟ। ਸਾਰੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਿਹਾ ਜਾ ਰਿਹਾ ਲੱਗਦਾ ਬ੍ਰਦਰ, ਹਜੇ ਇਸ ਬਾਰੇ ਮੇਰੇ ਕੋਲ ਇਸ ਵੇਲੇ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸੋ ਰੈਸਟ, ਬਾਕੀ ਮੈਂ ਤੁਹਾਨੂੰ ਜਦੋਂ ਅਸੀਂ ਪ੍ਰੋਪਰਲੀ ਇਹਨੂੰ ਸਕਰੀਨ ਕਰ ਲਾਂਗੇ ਏਰੀਆ ਨੂੰ, ਫਿਰ ਤੁਹਾਨੂੰ ਕਨਫਰਮ ਕਰਕੇ ਦੱਸ ਸਕਦੇ ਹਾਂ ਬ੍ਰਦਰ। ਉਹ ਕਨਫਰਮ ਕਰ ਰਹੇ ਹਾਂ ਜੋ ਹੈਗਾ, ਤੁਹਾਨੂੰ ਥੋੜ੍ਹੀ ਦੇਰ ਤੱਕ ਅਸੀਂ ਕਨਫਰਮ ਕਰਕੇ ਦੱਸ ਦਾਂਗੇ ਬ੍ਰਦਰ। ਹਜੇ ਤਾਂ ਕੋਈ ਕਨਫਰਮੇਸ਼ਨ ਨਹੀਂ ਹੈ ਬ੍ਰਦਰ, ਉਹੀ ਅਸੀਂ ਚੈੱਕ ਕਰਦੇ ਪਏ ਸਾਨੂੰ ਬ੍ਰਦਰ, ਉਹਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ, ਕਾਈਂਡਲੀ ਥੋੜ੍ਹਾ ਟਾਈਮ ਦਿਓ, ਵਿਲ ਇਨਫੋਰਮ ਯੂ ਰਿਗਾਰਡਿੰਗ। ਥੈਂਕ ਯੂ।